ਇਹ ਆਪਣੀ ਪਤ ਹੈ ਨੀ ਬੜ ਬੋਲਾ ਹੈ ਬੋਲੀ ਜਾਂਦਾ ਅਸੀਂ ਇਹਦੇ ਮੂੰਹ ਲੱਗਣ ਹਮਰੇ ਖੋਜ ਪਰੋ ਆਪ ਪੱਤੇ ਪੱਤੇ ਪੱਤ ਹੀਟ ਕਹਿੰਦੇ ਨੇ ਕਹਿੰਦਾ ਚਲੋ ਮੈਂ ਪੱਤਾ ਹੀ ਸਹੀ ਇਹਦਾ ਮਤਲਬ ਕਿਸੇ ਗੱਲ ਦਾ ਜਵਾਬ ਦੇ ਰਿਹਾ ਕਬੀਰ ਕੋਈ ਕਹਿ ਰਿਹਾ ਦੋ ਕੋ ਪੱਤਾ ਨੀ ਕਿਹਾ ਪੱਤਾ ਕਿਹਾ ਹੈ ਪੱਤਾ ਪੱਤਾ ਹਮਰੇ ਖੋਜ ਪਰੋ ਮਤ ਕੋਈ ਚਲੋ ਮੈਂ ਕਹਿੰਦਾ ਭੈੜੇ ਹੀ ਆਦਮੀ ਸਹੀ ਮੇਰੀ ਇੱਜ਼ਤ ਨੀ ਮੈਂ ਗੱਲ ਕਹਿਣਾ ਵੀ ਜਰੂਰ ਬੋਲੋ ਮੇਰੀ ਗੱਲ ਆ ਗਈ ਨਾ ਹੋਈ ਗੱਲ ਮੈਂ ਕਿਸੇ ਨੂੰ ਕਿਹਾ ਵੀ ਇਹਨੂੰ ਜਰੂਰ ਬੋਲੂ ਆਪਣੇ ਸ਼ਰਾਬ ਦੇ ਦੂਗਾ ਜਾਂ ਐ ਹੋ ਜੂ ਉਹਦਾ ਇੰਨਾ ਨਹੀਂ ਬੋਲੂ ਮੈਂ ਕੋਈ ਖੋਜ ਕੀਤੀ ਹੈ ਤੁਹਾਨੂੰ ਖੋਜ ਦੱਸਦੀ ਮੈਂ ਇੱਕ ਖੋਜਿਆ ਕੀ ਹੈ ਇੱਕ ਜਿਹੜਾ ਇੱਕ ਤੁਸੀਂ ਕਹਿੰਦੇ ਮੈਂ ਖੋਜ ਲਿਆ ਖੋਜ ਕੇ ਤੁਹਾਨੂੰ ਦੱਸਦਾ ਵੀ ਇੱਕ ਭਾਈ ਆ ਹੈ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ ਮੇਰੇ ਪਿੱਛੇ ਨਹੀਂ ਲੱਗਣਾ ਨਾ ਲੱਗੋ ਜੇ ਮੈਂ ਪਤਾ ਵੀ ਨਾ ਤਾਂ ਆਪਣੀ ਪਤ ਖੋਈ ਹੈ ਤੁਹਾਡੀ ਤਾਂ ਨੀ ਖੋਈ ਪਤ ਮੈਂ ਆਪਣੀਆਂ ਬਿਗਾੜੀਆਂ ਨੇ ਖੋਜ ਕਰਕੇ ਤੁਸੀਂ ਆਪਣੀ ਪਤ ਨੂੰ ਰੱਖੋ ਆਪਣੇ ਕੋਲ ਜਿਹੜਾ ਡੁਪਲੀਕੇਟ ਇੱਕ ਉਹਨੂੰ ਮੰਨਦੇ ਉਹ ਗਾਂ ਜਾ ਕੇ ਪਤਾ ਲੱਗੂਗਾ ਪਤ ਕਿਹਦੀ ਰਹਿੰਦੀ ਹੈ ਕਿਹਦੀ ਵਿਗੜਦੀ ਹੈ ਆਪਣੇ ਮਨ ਕਰਕੇ ਹੀ ਬੰਦਾ ਮੇਰਾ ਹੀ ਮਨ ਬੰਦਾ ਨਾ ਵੀ ਉਹਦੀ ਸਜ਼ਾ ਮੈਨੂੰ ਮਿਲੂ ਤੁਹਾਨੂੰ ਨੀ ਮਿਲਦੀ ਜੇ ਮੈਂ ਕੋਈ ਗਲਤ ਬਿਆਨ ਨਹੀਂ ਕਰਦਾ ਪਿਛਲੇ ਧਰਮ ਦੇ ਖਿਲਾਫ਼ ਬੋਲਦਾ ਤਾਂ ਉਹਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ ਮੈਨੂੰ ਮਿਲੂ ਜੇ ਮੈਂ ਲੋਕਾਂ ਦਾ ਜੀਵਨ ਖਰਾਬ ਕਰਦਾ ਉਹਦੀ ਸਜ਼ਾ ਮੈਨੂੰ ਮਿਲੂ ਮਿਲਣੀ ਵੀ ਚਾਹੀਦੀ ਹੈ ਮੈਂ ਕਬੂਲ ਦਾ ਤੁਹਾਡੇ ਤਾਂ ਕੋਈ ਅਸਰ ਨਹੀਂ ਨਾ ਮੰਨੋ ਤੁਸੀਂ ਸਾਂਝ ਪਾਤ ਕਿਸੇ ਨਾਲ ਨੀ ਵੀ ਕਿਸੇ ਨੂੰ ਹਿੱਸਾ ਦਊਗਾ ਬਿਹਤਰ ਹਿੱਸਾ ਬਣਾ ਲਓ ਵੀ ਤੁਸੀਂ ਇਹ ਸਜ਼ਾ ਦਾ ਹਿੱਸਾ ਕਿਸੇ ਨੂੰ ਨੀ ਮੈਂ ਦਿੰਦਾ ਮੇਰਾ ਕੋਈ ਸਾਂਝ ਪਾਤ ਨੀ ਕਿਸੇ ਦੀ ਬਹੁਤੇ ਆਦਮੀ ਨੇ ਖੋਜ ਨੀ ਕੀਤੀ ਗੱਲ ਨੀ ਕੀਤੀ ਹੈ ਇਹਦੀ ਜ਼ਿੰਮੇਵਾਰੀ ਮੈਂ ਇਕੱਲਾ ਹੀ ਲੈਂਦਾ ਪਤ ਪਤ ਤਾਂ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗੜੇ ਗੋਪਾਜ ਪਤ ਹੈਗੀ ਸੰਸਾਰ ਚ ਮੇਰੀ ਜਾਂ ਨਹੀਂ ਹੈਗੀ ਮੇਰੀ ਲੋਕ ਇੱਜ਼ਤ ਕਰਨਗੇ ਜਾਂ ਨਹੀਂ ਕਰਨਗੇ ਮੈਨੂੰ ਬੁਰਾ ਕਹਿਣਗੇ ਜਾਂ ਕਹਿੰਦੇ ਜਾਂ ਨਹੀਂ ਕਹਿੰਦੇ ਇਹਦੀ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਇਹਦੀ ਨੀ ਪਰਵਾਹ ਧੈਲੇ ਦੀ ਵੀ ਮੈਂ ਕੀ ਸਮਝਦਾ ਸੰਸਾਰ ਦੇ ਲੋਕਾਂ ਨੂੰ ਮੈਨੂੰ ਤਾਂ ਲੈਣਾ ਕੀ ਹੈ ਮੈਨੂੰ ਪਰਵਾਹ ਹੈ ਦਰਗਾਹ ਦੀ ਇਹਨਾਂ ਦੀ ਕੀ ਪਰਵਾਹ ਮੈਨੂੰ ਇਹਨਾਂ ਨੂੰ ਆਪ ਹੈ ਨੀ ਪਤਾ ਇਹਨੂੰ ਆਪ ਹੈ ਨੀ ਪਤਾ ਇਹਨਾਂ ਦੀ ਮੈਂ ਕਿਉਂ ਪਰਵਾਹ ਕਰਾਂ ਤਦ ਜਾਣ ਲੋਗੇ ਜਦ ਉਗੜੇ ਗੋਪਾਲ ਤੁਸੀਂ ਆਪ ਹੈ ਜਾਣ ਲੋਗੇ ਜਾਂ ਤੁਹਾਡਾ ਪਾਜ ਉਗੜ ਗਿਆ ਜਾ ਕੇ ਯਾਰ ਹੋ ਗਿਆ ਜਾਂ ਜਾ ਰਹੋ ਜੀ ਉਹਨੂੰ ਵੀ ਸੱਚ ਕੀ ਹੈ ਪਤਾ ਲੱਗ ਜੂ ਸਭ ਨੂੰ ਆਪੇ ਗਾਂਹ ਜਾ ਕੇ ਆਹ ਗੱਲ ਕਹਿ ਕੇ ਅੱਗੇ ਜਾ ਰਿਹਾ ਕੱਲਾ ਹੈ ਕਬੀਰ ਸਭ ਤੋਂ ਪਹਿਲਾਂ ਜਦ ਕੱਲੇ ਨੇ ਗੱਲ ਡਿਸਕਲੋਜ ਕੀਤੀ ਹੈ ਉਦੋਂ ਦੀ ਗੱਲ ਹੈ ਇਹਨਾਂ ਨੂੰ ਹੈ ਤੇ ਕੱਲਾ ਹੀ ਹੈ ਕਹੇ ਕਬੀਰ ਹੋਰ ਭਗਤਾਂ ਨੇ ਗੱਲ ਕਬੀਰ ਦੀ ਸੁਣ ਕੇ ਫਿਰ ਕੀਤੀ ਆਪਣੀ ਗੱਲ ਜੋ ਬੜਾ ਮੋਟਾ ਫਰਕ ਸੀ ਕਬੀਰ ਤਤ ਹਰ ਪ੍ਰਵਾਨ ਸਰਬ ਤਿਆਗ ਭਜ ਕੇਵਲ ਰਾਮ ਕਬੀਰ ਕਹਿੰਦਾ ਵੀ ਜਿਹੜੀ ਹਰ ਦੇ ਦਰਗਾਹ ਦੇ ਵਿੱਚ ਪਤ ਪ੍ਰਵਾਨ ਹੈ ਨਾ ਉਹਦਾ ਮੈਨੂੰ ਗਿਆਨ ਹੈ ਕਬੀਰ ਪਤ ਹਰ ਪ੍ਰਵਾਨ ਮੈਨੂੰ ਉਹ ਪਤ ਰੱਖੀ ਹੈ ਮੈਂ ਜਿਹੜੀ ਦਰਗਾਹ ਚ ਪ੍ਰਵਾਨ ਹੈ ਤੁਹਾਡੇ ਵਾਲੀ ਪਤ ਜਿਹੜੀ ਹੈ ਨਾ ਤੂੰ ਤੁਹਾਨੂੰ ਪ੍ਰਵਾਨ ਹੈ ਉਹ ਪਤ ਦੀ ਮੈਨੂੰ ਲੋੜ ਵੀ ਹੈ ਨੀ ਜਿਹੜੀ ਜੇ ਤਾਂ ਤੁਸੀਂ ਮੈਨੂੰ ਦੇਣੀ ਚਾਹੁੰਦੇ ਹੋ ਨਾ ਵੀ ਮੈਂ ਐ ਕਹਾ ਤਾਂ ਮੈਨੂੰ ਤੁਸੀਂ ਜੇ ਦਓਗੇ ਕਹਾ ਆਊ ਨਾ ਕੁੱਕੜ ਕਾਢ ਕੁੱਕੜ ਕਰੇ ਕੀ ਇਹ ਵੜਿਆਈ ਦਿਲ ਦਾ ਚਾਰ ਬਹੁ ਭਰੀ ਆਈ ਜੇ ਮੈਂ ਕਹਿੰਦਾ ਇਹਨਾਂ ਚੀਜ਼ਾਂ ਦਾ ਘੁੰਡ ਕੱਢ ਲੈਂਦਾ ਵੀ ਤੁਸੀਂ ਠੀਕ ਹੋ ਜਾਓ ਕਰਦੇ ਹੋ ਕਰੀ ਜਾਓ ਤੁਹਾਡੀ ਬੁਰਾਈ ਨਾ ਤੁਹਾਡਾ ਸੱਚ ਨਾ ਦੱਸਦਾ ਤੁਸੀਂ ਮੇਰੀ ਜਿਹੜੀ ਇਹ ਕਹਿੰਦੇ ਦਸ ਚਾਰ ਦਿਨ ਬਈ ਬਈ ਬੜਾ ਚੰਗਾ ਸੰਤ ਹੈ ਬਈ ਬੜਾ ਭਰਾ ਆਦਮੀ ਹੈ ਆਏ ਕਹਿੰਦੇ ਨਾ ਮੈਨੂੰ ਇਹ ਗੱਲ ਦੀ ਪਰਵਾਹ ਨਹੀਂ ਹੈ ਮੈਂ ਸੱਚ ਦੱਸੋ ਸੰਸਾਰ ਨੂੰ ਇਹ ਗੱਲ ਦੀ ਮੈਨੂੰ ਇੱਛਾ ਨਹੀਂ ਹੈ ਕਹੇ ਕਬੀਰ ਪਤ ਹਰ ਪ੍ਰਵਾਨ ਬਈ ਸਾਨੂੰ ਅੱਜ ਸਿੱਖ ਕੀ ਕਹਿਣਗੇ ਸਭ ਕੁਛ ਚੱਲਦਾ ਚੱਲਦਾ ਇਹਦਾ ਸਾਰਾ ਵਿਗਾੜਦਾ ਇਹਨਾਂ ਨੇ ਤੁਹਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ ਇਹ ਕੀ ਕਹਿਣੀ ਸਰਬ ਤਿਆਗ ਉਹ ਆਇਆ ਜੋ ਸੱਚ ਹੈ ਗੁਰਬਾਣੀ ਦਾ
ਤਿਆਗ ਭਜ ਕੇਵਲ ਰਾਮ, ਸਰਬ ਤਿਆਗ ਭਜ ਕੇਵਲ ਰਾਮ, ਸਭ ਕੁਝ ਤਿਆਗ ਕੇ ਕੱਲੇ ਰਾਮ ਨਾਲ ਜੁੜ ਜਾਓ, ਭਾਈ ਨਾਲ ਜੁੜ ਜਾਓ, ਸਭ ਕੁਝ ਤਿਆਗ ਦੋ, ਇਹ ਦਰਗਾਹ ਪਤ ਪਰਵਾਨ ਹੈ, ਇਹਦੀ ਮੈਨੂੰ ਪਰਵਾਹ ਹੈ, ਬਾਕੀ ਕਿਸੇ ਦੀ ਪਰਵਾਹ ਨੀ। ਰਾਜਾ ਰਾਮ ਅਨਹੰਦ ਕਿੰਗਰੀ ਵਾਜਿਆ ਜਾ ਕੇ ਦਿਸ਼ਟ ਨਾਲ ਜਗ ਲਾਗਾ ਰਹਾਓ, ਭਾਰਤੀ ਗਗਨ ਸਿਹਾ ਔਰ ਚੁਣਿਆ ਕਣਕ ਕਰ ਇੱਕ ਪਾਇਆ, ਉਸਨੇ ਧਾਲ ਚੂਏ ਅਤ ਨਿਰਮਲ ਰਸਮਹਿ ਰਸਮ ਚੁਆਇਆ, ਇਹ ਕੁਝ ਬਹੁਤ ਅਨੁਪ ਬਣੀ ਹੈ ਪਵਨ ਪਿਆਲਾ ਸਾਜਿਆ, ਤੀਨ ਭਮਣ ਮੈਂ ਇੱਕੋ ਜੋਗੀ ਕਹੋ ਗਮਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪ੍ਰਖੋਤਨ ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਭਰਮ ਭਲਾਣੀ ਮਲ ਰਾਮ ਰਸਾਇਣ ਮਾਤਾ, ਅਚਰਜ ਏਕ ਸਮੂਰ ਪੰਡੀਆ ਅਬ ਕਿਚ ਕਹਿਣ ਨਾ ਜਾਈ। ਜਿਹੜੀ ਗੱਲ ਨੂੰ ਅਚਰਜ ਕਹਿੰਦਾ ਹੈ ਕਬੀਰ, ਅਚਰਜ ਏਕ ਸਮੂਰ ਪੰਡੀਆ, ਅਚਰਜ ਏਕ ਸਮੂਰ ਪੰਡੀਆ ਅਬ ਕਿਚ ਕਹਿਣ ਨਾ ਜਾਈ, ਅਬ ਕਿਚ ਕਹਿਣ ਨਾ ਜਾਈ, ਇਹਨੂੰ ਵਿਸਵਾਦ ਕਿਹਾ ਗਾ, ਅਚਰਜ ਇਹਨੂੰ ਵਿਸਵਾਦ, ਉਹਨਾਂ ਨੇ ਕਿਹਾ ਜਿਸ ਵਕਤ ਨਾਂ ਨੂੰ ਸੁਣਿਆ ਕਾਮਯਾਬ ਹੋਇਆ ਉਦੋਂ ਇਹ ਗੱਲ ਕਹੀ ਹੈ, ਕਿਉਂਕਿ ਉੱਪਰ ਜਿਹੜੀ ਗੱਲ ਕਹੀ ਹੋਈ ਹੈ ਨਾਮ ਬੂਝ ਪਰਮ ਪਦ ਪਾਈ, ਜਿਹਨੇ ਨਾਮ ਨੂੰ ਬੁਝ ਲਿਆ, ਜਿਹੜਾ ਸ਼ਬਦ ਨਾਲ ਜੁੜ ਗਿਆ, ਹੁਕਮ ਨਾਲ ਜੁੜ ਗਿਆ, ਹੁਕਮ ਹੁਕਮ ਬੂਝ ਬਣ ਕੇ, ਹੁਕਮ ਨੂੰ ਬੁਝਣ ਦੀ ਆਖਰੀ ਲਾਈਨ ਸੀ, ਉਤਲੇ ਸ਼ਬਦ ਦੀ ਆਖਰੀ ਪੰਕਤੀ ਹੈ ਹੁਕਮ ਨੂੰ ਬੁਝਣ, ਹੁਕਮ ਪਛਾਣ ਤਾਂ ਖਸਮੇ ਮਿਲਣਾ, ਹੁਕਮ ਪਛਾਣ ਤਾਂ ਖਸਮੇ ਮਿਲਣਾ, ਗੁਰੂ ਨਾਨਕ ਕਹਿੰਦਾ ਹੁਕਮ ਬੂਝ ਪਰਮ ਪਦ ਪਾਈ, ਗੱਲ ਤਾਂ ਇੱਕੋ ਹੀ ਹੈ, ਫਿਰ ਹੁਕਮ ਜਦ ਪਛਾਣਿਆ ਉਹ ਚਾਰਜ ਹੋਇਆ, ਜਿਹੜੀ ਜਿਹੜਾ ਕੁਛ ਮਾਲਾ ਤੋਂ ਪ੍ਰਾਪਤ ਕਰਨਾ ਚਾਹੁੰਦਾ ਸੀ, ਮਾਲਾਲਿਆਂ ਨੇ ਤਾਂ ਕਿਹਾ ਸੀ ਦਰਸ਼ਨ ਹੋਊਗਾ, ਦਰਸ਼ਨ ਕਿਹਾ ਜਾਊਗਾ ਜਿਹੋ ਜਿਹੀ ਭਾਵਨਾ ਮੇਰੇ ਤਨ ਦੇ ਚ, ਜੈਸੀ ਜੈਸੀ ਭਾਵਨਾ ਕਿਸੇ ਦੀ ਹੁੰਦੀ ਉਸ ਰੂਪ ਚ ਕਹਿੰਦੇ ਦਰਸ਼ਨ ਦੇ ਜਾਂਦੇ, ਉਹ ਤਾਂ ਸਾਡੀ ਮਰਜ਼ੀ ਹੋਈ ਉਹਦੇ ਰੂਪ ਨਾਲ ਪਰਮੇਸ਼ਰ, ਉਹ ਆਪਣਾ ਕੋਈ ਰੂਪ ਨਾ ਹੋਇਆ, ਕਿੰਨੀ ਗਲਤ ਗੱਲ ਕਹੀ ਹੋਈ ਹੈ, ਕਹਿੰਦੇ ਜੈਸੀ ਕਿਸੇ ਦੀ ਭਾਵਨਾ ਹੁੰਦੀ ਇੱਛਾ ਹੁੰਦੀ ਉਹ ਜਿਹਾ ਬਣ ਕੇ ਦਰਸ਼ਨ ਦੇ, ਉਹਦਾ ਫਿਰ ਅਸਲੀ ਰੂਪ ਤਾਂ ਕੋਈ ਵੀ ਨੀ, ਸਾਡੀ ਇੱਛਾ ਅਨੁਸਾਰ ਰੂਪ ਹੈ, ਇਹ ਧਰਮ ਦੇ ਨਾਲ ਤਾਂ ਫਰੋਡ ਹੈ, ਚੋਰ ਹੈ, ਕਿਸੇ ਨੂੰ ਇੱਥੇ ਏਦਾਂ ਦਰਸ਼ਨ ਹੋਏ ਹੀ ਅਖਾਣਾ ਰੂਪ ਹੈ ਦਰਸ਼ਨ, ਉਹ ਤਾਂ ਮਾੜਾ ਤਾਂ ਫੇਰਦਾ ਵੀ ਸ਼ਾਇਦ ਉਹ ਗੱਲ ਸੱਚ ਹੈ, ਜਦ ਉਹ ਮੰਨ ਗਏ ਵੀ ਇਹ ਗੱਲ ਝੂਠ ਹੈ, ਕਿਸੇ ਨੂੰ ਦਰਸ਼ਨ ਹੋਇਆ ਨਾ ਏਦਾਂ ਹੁੰਦਾ ਹੁੰਦਾ, ਆਈ ਹੈ ਸੰਸਾਰੀ ਮਨੁੱਖਤਾ ਹੋ ਜਾਂਦੀ ਹੈ, ਦੌੜ ਲੱਗ ਜਾਂਦੀ ਹੈ ਮਾਇਆ, ਉਹ ਤਾਂ ਮਾਇਆ ਬਣ ਨੀ ਦਿੱਤੀ, ਸਿਰਫ ਤੂੰ ਬਣਿਆ ਨੀ ਹੋਇਆ ਜਾਂ ਤੂੰ ਕੰਮ ਕਰਕੇ ਸਾਡੇ ਕਿਤੇ ਡੇਰਾ ਬਣਿਆ ਹੁੰਦਾ, ਚਾਹੇ ਮੰਦਰ ਬਣਿਆ ਹੁੰਦਾ, ਦੁਆਰ ਚੜਾਵਾ ਚੜਦਾ, ਲਾਈਨਾਂ ਲੱਗੀਆਂ ਹੁੰਦੀਆਂ, ਉਹ ਕੰਮ ਹੋਇਆ ਨੀ, ਤੈਨੂੰ ਤਾਂ ਨੀ ਤੇਰਾ ਜੀ ਲੱਗਦਾ ਮਾੜਾ ਚ, ਉਹ ਕਹਿੰਦਾ ਮੈਂ ਉਹਦੇ ਖਾਤਰ ਰੋਟੀ ਖਾਧਾ ਤਾਂ ਮੈਂ ਕੰਮ ਨੀ ਕੀਤਾ, ਰੋਟੀ ਦਾ ਮੈਂ ਹੱਥ ਪੈਰਾਂ ਨਾ ਕਮਾਉਂ, ਮੇਰਾ ਜਿਹੜਾ ਮਸਲਾ ਹੈ ਉਹ ਮਸਲਾ ਜਿਹੜਾ ਤੁਸੀਂ ਕਹਿੰਦੇ ਕੁਛ ਪ੍ਰਾਪਤੀ ਹੁੰਦੀ ਹੈ ਧਰਮ ਤੋਂ, ਧਰਮ ਤੋਂ ਜਿਹੜੀ ਪ੍ਰਾਪਤੀ ਉਹ ਤੋਂ ਉੱਥੇ ਕੁਛ ਹੁੰਦੀ ਹੋ ਨਹੀਂ ਸੀ, ਹੁੰਦੀ ਤਾਂ ਹੋਊਗੀ ਪ੍ਰਾਪਤੀ ਜ਼ਰੂਰ, ਵੀਰ ਨੇ ਕਿਹਾ ਇਹ ਨਹੀਂ ਗੱਲ, ਪਰ ਇਹਨਾਂ ਵਾਲੇ ਧਰਮ ਤੋਂ ਨਹੀਂ ਹੁੰਦੀ, ਤੁਹਾਡੇ ਵਾਲੇ ਧਰਮ ਤੋਂ ਨਹੀਂ ਹੁੰਦੀ, ਤਾਂ ਉਹ ਕਹਿੰਦਾ ਹਮਰੇ ਪਾਉਣੇ ਨਾਮ ਕਹੋ, ਤੁਸੀਂ ਗਹਿਣ ਕਹੂ ਕਰਦੇ ਆ, ਇਹ ਮਾਲਾ ਮਾਲਾ ਫੇਰਨ ਵਾਲਿਆਂ ਦੀ ਕੁਲ ਦੇ ਵਿੱਚ ਕਿਸੇ ਨੇ ਰਾਮ ਦੱਸਿਆ ਹੀ ਨਹੀਂ, ਤਾਂ ਕਿਹਾ ਜਾਂਦਾ ਰਾਮ ਬਾਰੇ ਕੋਈ ਗਿਆਨ ਨਹੀਂ ਕਰਾਇਆ, ਹਮਰੇ ਕੁਲ ਕੌਣੇ ਰਾਮ ਕਹੋ, ਕਿਹਨੇ ਕਿਹਾ ਰਾਮ, ਉਹਨਾਂ ਨੂੰ ਇਹ ਕਹਿੰਦਾ ਮਾਲਾ ਵਾਲੇ ਨੂੰ ਦੱਸੋ ਕਿਹਨੇ ਰਾਮ ਬਾਰੇ ਦੱਸਿਆ, ਰਾਮ ਦਾ ਗਿਆਨ ਕਿਹਨੇ ਕਰਾਇਆ, ਜਦਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਪਿਓ, ਤਾਂ ਤਾਂ ਸੁੱਖ ਨਹੀਂ ਹੋਇਆ, ਸੰਤੁਪਤਾ ਰਾਮ ਬਲਕਿ ਹੋਣਾ ਸੀ, ਰਾਮ ਬਾਰੇ ਦਾ ਗਿਆਨ ਨਹੀਂ ਹੈ, ਸੁੱਖੇ ਤਾਂ ਹੋਣਾ ਸੀ, ਫੇਰ ਪਰਦਾ ਬੋਲਿਆ ਕਬੀਰ ਜੀ ਨੇ ਮਾਲਾ ਵਾਲਿਆਂ ਨੂੰ, ਫਿਰ ਮਾਲਾ ਛੱਡ ਕੇ ਮਗਰ ਚਲਾ ਗਿਆ, ਮਗਰ ਜਾ ਕੇ ਮਸਲਾ ਹੱਲ ਹੋ ਗਿਆ, ਦਰਸ਼ਨ ਹੋ ਗਿਆ, ਪਹਿਲੇ ਦਰਸ਼ਨ ਮਗਰ ਪਾਇਓ,
ਜਾ ਦਰਸ਼ਨ ਉਪਰ ਬੁੱਝ ਲਿਆ ਉੱਥੇ ਉਪਰ ਪਛਾਣ ਲਿਆ ਉੱਥੇ ਜਾ ਕੇ ਪੜ੍ਹ ਕੇ ਸਮਝ ਕੇ ਫੇਰ ਅਜਰਜ ਦੀ ਗੱਲ ਕਰ ਰਿਹਾ ਜਿਹੜਾ ਹੋਇਆ ਹੀ ਨਹੀਂ ਸੀ ਸੁਣਿਆ ਹੀ ਨਹੀਂ ਸੀ ਕੰਮ ਜਿਹੜਾ ਸੁਣਿਆ ਸੀ ਉਹ ਝੂਠ ਹੈ ਜੋਗੀਆਂ ਵਾਲਾ ਧਰਮ ਸੁਣਿਆ ਸੀ ਉਹ ਝੂਠ ਹੈ ਤੋਂ ਕੁਛ ਪ੍ਰਾਪਤੀ ਨਹੀਂ ਮਾਲਿਆਂ ਵਾਲਾ ਧਰਮ ਸੁਣਿਆ ਸੀ ਝੂਠ ਹੈ ਉਤੋਂ ਪ੍ਰਾਪਤੀ ਨਹੀਂ ਜਿਹਦਾ ਪ੍ਰਚਾਰ ਨਹੀਂ ਸੀ ਉਤੋਂ ਪ੍ਰਾਪਤੀ ਹੋ ਗਈ ਇਹ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਹੈ ਇਸ ਕਰਕੇ ਨੂੰ ਲਵਾਂ ਗਿਆ ਹਰ ਵਾਰ ਲੋਕ ਹੀ ਹੁੰਦਾ ਹੈ ਪ੍ਰਚਾਰ ਨਹੀਂ ਨਾ ਹੁੰਦਾ ਸਾਹਿਬ ਜਿਹੜਾ ਨੀਤ ਲੋਕ ਤਾਂ ਹੀ ਕਿਹਾ ਹੋਇਆ ਕਹਾਣੀ ਵਾਲਾ ਸਾਖੀ ਵਾਲਾ ਧਰਮ ਨੀਤ ਲਵਾਂ ਨਹੀਂ ਹੁੰਦਾ ਬਸ ਨੀਤ ਲਵਾਂ ਇਹੀ ਹੁੰਦਾ ਸ਼ਬਦ ਵਿਚਾਰ ਨੀਤ ਲਵਾਂ ਹੀ ਹੁੰਦਾ ਅੰਤਰ ਤਾਂ ਹੋਵੇ ਜੇ ਕਿਸੇ ਨੂੰ ਗਿਆਨ ਹੋਵੇ ਜਾਂ ਗਿਆਨ ਲੁਪਤ ਹੋ ਗਿਆ ਇਹਦਾ ਪ੍ਰਚਾਰ ਕਿੱਥੋਂ ਹੋਵੇ ਪ੍ਰਚਾਰ ਬੰਦ ਹੋ ਗਿਆ ਅੱਜ ਹੋਰ ਬੰਦਾ ਪ੍ਰਚਾਰ ਬੰਦ ਹੋਇਆ ਤਾਂ ਹੀ ਹੈ ਇਹਦਾ ਗਿਆਨ ਨਹੀਂ ਹੈ ਕਿਸੇ ਨੂੰ ਗੁਰਬਾਣੀ ਸਾਡੇ ਕੋਲ ਹੋਣੀ ਹੋਰ ਗੱਲ ਹੈ ਗੁਰਬਾਣੀ ਸਮਝ ਹੋਣੀ ਹੋਰ ਗੱਲ ਹੈ ਇਸ ਕਰਕੇ ਇਹ ਜੀ ਬਾਣੀ ਇਹ ਜਿਹਾ ਗਿਆਨ ਗ੍ਰੰਥਾਂ ਦੇ ਵਿੱਚ ਉਦੋਂ ਵੀ ਸੀ ਗੁਰੂ ਵੇਲੇ ਬਦਲ ਪਿਆ ਸੀ ਜਿਹੜਾ ਉਹ ਪੜ੍ਹਿਆ ਉਹਨੂੰ ਸਮਝ ਆ ਗਈ ਜਿਹਨਾਂ ਦੇ ਕੋਲ ਸੀ ਉਹਨੂੰ ਸਮਝ ਨਹੀਂ ਆਈ ਬਹਿਣਾ ਜਿਹਨਾਂ ਦੇ ਕੋਲ ਪਿਆ ਸੀ ਉਹਨਾਂ ਨੂੰ ਸਮਝ ਨਹੀਂ ਆਈ ਕਬੀਰ ਨੂੰ ਸਮਝ ਆ ਗਈ ਬੁੱਧੀ ਤੇਜ਼ ਸੀ ਸਮਝ ਜ਼ਿਆਦਾ ਸੀ ਕਵੀ ਸੀ ਸੈਂਸਿਟਿਵ ਸੀ ਜ਼ਿਆਦਾ ਗਿਆਨ ਸੀ ਉਹਨੂੰ ਭਾਈ ਦਾ ਵੀ ਲੋੜ ਸੀ ਉਹਨੂੰ ਸਮਝ ਆ ਗਈ ਉਹਨੇ ਸ਼ਰਤਾਂ ਪੂਰੀਆਂ ਕਰਦੀਆਂ ਗੁਰਬਾਣੀ ਕੋਈ ਸ਼ਰਤਾਂ ਨੇ ਜਿਹੜਾ ਪੂਰੀਆਂ ਕਰਦਾ ਚਲਾ ਜਾ ਉਹਨੂੰ ਸਮਝ ਆ ਜਾਂਦੀ ਗੁਰਬਾਣੀ ਵੀ ਸ਼ਰਤਾਂ ਨੇ ਜਿਹੜਾ ਨਾਲ ਦੀ ਨਾਲ ਸ਼ਰਤ ਪੂਰੀ ਕਰੂ ਨਾਲ ਦੀ ਨਾਲ ਪੌੜੀ ਚੜੀ ਜਾਂਦਾ ਜੇ ਸ਼ਰਤ ਨਹੀਂ ਪੂਰੀ ਕਰਦਾ ਫਿਰ ਇਹ ਵੀ ਸਮਝ ਨਹੀਂ ਆਉਂਦੀ ਮੰਨੇ ਕੀ ਗੱਤ ਕਹੀ ਨਾ ਜਾਏ ਜਾਂ ਮੰਨੇ ਮਾਰ ਬਿਠਾ ਕਰ ਪਾਏ ਜੇ ਮੰਨੂਗਾ ਫਿਰ ਰਸਤੇ ਰੁਕਾਵਟ ਨਹੀਂ ਆਉਂਦੀ ਜਿੱਥੇ ਮੰਨਣ ਦੇ ਆੜੀ ਆ ਉੱਥੇ ਪੌੜੀ ਗੱਲ ਵਾਲੀ ਨਹੀਂ ਵਿਗੜਦਾ ਉੱਥੇ ਫੜ ਜਾਂਦਾ ਕਹਿੰਦੀ ਸਮਝ ਆਉਂਦੀ ਕਹਿੰਦੀ ਇਹ ਸ਼ਰਤ ਹੈ ਮੰਨੇ ਮਾਰ ਬਿਠਾ ਕਰ ਪਾਏ ਤਾਂ ਸ਼ਰਤ ਹੈ ਸਿੱਧੀ ਜੇ ਮੰਨੂਗਾ ਗੁਰਬਾਣੀ ਨੂੰ ਰਸਤੇ ਰੁਕਾਵਟ ਨਹੀਂ ਪਈ ਉੱਥੇ ਬ੍ਰੇਕ ਲੱਗੇ ਹੁੰਦੇ ਬ੍ਰੇਕ ਕਾਹਦੇ ਲੱਗੇ ਨੇ ਪ੍ਰਚਾਰਕਾਂ ਨੂੰ ਮੰਨਦਾ ਕੋਈ ਨੀ ਮੰਨ ਕਰੀ ਗੱਲ ਗੁਰਬਾਣੀ ਨੂੰ ਮੰਨੇ ਤੇ ਬਣਾ ਦਾ ਗਿਆਨ ਲਾ ਨਹੀਂ ਹੁੰਦਾ ਸਮਝ ਨਹੀਂ ਆਉਂਦੀ ਆਏ ਨੀ ਸਮਝਦੀ ਸਮਝ ਮੰਨੇ ਨਾਲੇ ਆਕਾਰ ਬੜਾ ਹੁੰਦਾ ਬਾਂਡੇ ਦਾ ਜਦ ਸਾਫ਼ ਹੁੰਦਾ ਨਿਰਮਲ ਹੁੰਦਾ ਤਾਂ ਉਹ ਨੀ ਸਮਝ ਆਉਂਦੀ ਹੈ ਨਿਰਭਰ ਹੁੰਦੀ ਹੈ ਤਾਂ ਸਮਝ ਆਉਂਦੀ ਹੈ ਹਾਂ ਅਚਰਜ ਇਹ ਸੁਣਨ ਨੇ ਪੜਿਆ ਵਿਸਵਾਦ ਹੋ ਗਿਆ ਕਬੀਰ ਨੂੰ ਇਹ ਕੀ ਹੋ ਗਿਆ ਕਹਿੰਦਾ ਪੜਿਆ ਤੈਨੂੰ ਇੱਕ ਵਿਸਵਾਦ ਦੀ ਗੱਲ ਦੱਸਾਂ ਹੈਰਾਨੀ ਦੀ ਗੱਲ ਦੱਸਾਂ ਜੇ ਗੱਲ ਦੱਸਣ ਦੱਸੀ ਨਹੀਂ ਜਾ ਸਕਦੀ ਦੱਸਾਂ ਕੀ ਦੱਸਣ ਤੇ ਪਰੇ ਗੱਲ ਹੈ ਹੁਣ ਆਹ ਗੱਲ ਲਿਖੀ ਹੋਈ ਹੈ ਵੀ ਬੋਲਣ ਦੇ ਪਰੇ ਆ ਵਿੱਚ ਕਹਿਣ ਨਾ ਜਾਈ ਕਹਿਣ ਨਾ ਜਾਈ ਕਹਿਣ ਸੁਣ ਤੇ ਪਰੇ ਦੀ ਗੱਲ ਹੋ ਗਈ ਸੁਰਨਰ ਗਲ ਗੰਧਰਵ ਜੀ ਨੇ ਮੋਹੇ ਸੁਰ ਨਾਲ ਗਲ ਗੰਧਰਵ ਜੀ ਨੇ ਮੋਹੇ ਹੋਏ ਨੇ ਮੋਹ ਦਿਆਲ ਚ ਬਿਠਾਏ ਨੇ ਸੰਸਾਰ ਚ ਮੋਹ ਬਾਦ ਵਿੱਚ ਜਿਹਨੇ ਪਾਏ ਹੋਏ ਨੇ ਸਾਰੇ ਕਾਬੂ ਚ ਕੀਤਾ ਹੋਇਆ ਵੇਖਲੀ ਕਹਿੰਦੇ ਨੇ ਤਰਾਗੀ ਨੂੰ ਅਸਲ ਚ ਨੱਥ ਨੂੰ ਕਿਹਾ ਹੈ ਵੇਖਲੀ ਨੱਥ ਨੱਖ ਨੱਥ ਖਤਮ ਤਿੰਨੇ ਭਵਨਾਂ ਦੇ ਜੀ ਆਪਣੇ ਕਾਬੂ ਚ ਫਿਰ ਰੱਖੇ ਹੋਏ ਗੋਹ ਚ ਫਸਾ ਕੇ ਫਿਰ ਆਪਣੇ ਕਾਬੂ ਚ ਰੱਖੇ ਨੇ ਤੇ ਭਵਨ ਵੇਖਲੀ ਲਾਈ ਰਾਜਾ ਰਾਮ ਅਨਹਦ ਕਿੰਦਰੀ ਵਜੇ ਉਹ ਰਾਜਾ ਰਾਮ ਦੀ ਅਨਹਦ ਕਿੰਦਰੀ ਵਜੇ ਕਿੰਦਰੀ ਹੁਕਮ ਹੈ ਉਹ ਹੁਕਮ ਨੇ ਵਜ ਕੀਤੇ ਨੇ ਉਹ ਕਿੰਦਰੀ ਮੇਰੇ ਅੰਦਰ ਵੱਜਦੀ ਹੈ ਮੈਨੂੰ ਸੁਣਦੀ ਹੈ ਉਹ ਕਿੰਦਰੀ ਸਰਬ ਵਿਆਪੀ ਮੈਨੂੰ ਸੁਣਨ ਲੱਗ ਗਈ ਹੁਕਮ ਬੁੱਝ ਲਿਆ ਨਾ ਹੁਕਮ ਸੁਣਨ ਲੱਗ ਗਿਆ ਉਹ ਹੁਕਮ ਸੁਣਨ ਲੱਗ ਗਿਆ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ ਰਾਜਾ ਰਾਮ ਉਹਨਾਂ ਕਿੰਦਰੀ ਵਜੇ ਕਿੰਦਰੀ ਵਜੇ ਵੱਜਦੀ ਹੈ ਮੈਨੂੰ ਸੁਣਦੀ ਹੈ ਵੱਜਦੀ ਸਾਰਿਆਂ ਦੇ ਸੁਣਦੀ ਹੈ ਨੀ ਕਿਉਂ ਨੀ ਸੁਣਦੀ ਸਾਰਿਆਂ ਨੂੰ ਜਿੰਨਾ ਚਿਰ ਰਾਜ ਨਾਲ ਮਨ ਸ਼ੋਰ ਹੈ ਮਾਇਆ ਦਾ ਸ਼ੋਰ ਹੈ ਜਿੰਨਾ ਚਿਰ ਅੰਦਰ ਪ੍ਰਚਨ ਨੀ ਸੁਣਦੀ ਜਿੱਥੇ ਜ਼ਿਆਦਾ ਰੌਲਾ ਪੈਂਦਾ ਹੋਵੇ ਉੱਥੇ ਘੜੀ ਦੀ ਟਿਕ ਟਿਕ ਨੀ ਸੁਣਦੀ
ਤੈਨੂੰ ਤਾਂ ਉਮ ਨਹੀਂ ਸੁਣਦੀ ਚਾਹੇ ਸ਼ਾਂਤੀ ਵੀ ਹੋਵੇ ਘੜੀ ਦੀ ਟਿਕਟ ਤਾਂ ਤਨ ਸੁਣਦੀ ਹੈ ਜਦੋਂ ਬਿਲਕੁਲ ਹੀ ਸ਼ਾਂਤੀ ਹੋ ਜਾਏ ਉਹ ਤਾਂ ਘੜੀ ਦੀ ਟਿਕਟ ਜਿੰਨੀ ਆਵਾਜ਼ ਹੈ ਜਿਵੇਂ ਆਪਣੇ ਸਰੀਰ ਦੇ ਵਿੱਚ ਚੱਲਦੀ ਉਵੇਂ ਆਵਾਜ਼ਾਂ ਨਵੀਂ ਦੀ ਆਵਾਜ਼ ਆ ਜਾਵੇ ਕਿਸੇ ਨੂੰ ਜੋਗੀ ਇਹੀ ਸੁਣਦੇ ਸੀ ਹੋਰ ਕੁਛ ਨਹੀਂ ਸੀ ਆਪਣੇ ਸਰੀਰ ਦੀ ਆਵਾਜ਼ ਇਹ ਵੀ ਤੈਨੂੰ ਨੀ ਸੁਣਦੀ ਆਮ ਆਦਮੀ ਇਹ ਵੀ ਧਿਆਨ ਨਾਲ ਸੁਣਦੀ ਹੈ ਬਾਈ ਤੱਕ ਤੱਕ ਤਾਂ ਜੋਗੀਆਂ ਦਾ ਇਹ ਅੱਗੇ ਵੀ ਗੱਲ ਦੀ ਗੱਲ ਹੈ ਸਰੀਰ ਤੋਂ ਹਟ ਕੇ ਸਰੀਰ ਦੀ ਆਵਾਜ਼ਾਂ ਨੇ ਨਾ ਇਹ ਤਾਂ ਗਾਹਾਂ ਫਿਰ ਉਹ ਇਹ ਉਹਨਾਂ ਸੁਣ ਲਓ ਇਹਨਾਂ ਜਿਵੇਂ ਧਿਆਨ ਹਟ ਜਾਏ ਇਹ ਤਿਰਕੁੜੀ ਬੈਠੇ ਤੋਂ ਸੁਣਦੀਆਂ ਨੇ ਦਿਮਾਗ ਦੇ ਨਾਲ ਜੁੜੇ ਤੋਂ ਸੁਣਦੀਆਂ ਨੇ ਸਰੀਰ ਦੀਆਂ ਆਵਾਜ਼ਾਂ ਜਾਂ ਦਿਮਾਗ ਛੱਡ ਜਾਵੇ ਫਿਰ ਉਹ ਆਵਾਜ਼ ਸੁਣਦੀ ਹੈ ਫਿਰ ਉਹ ਅੱਗੇ ਚਲਾ ਜਾਵੇ ਹਿਰਦੇ ਚ ਬੁੱਧ ਕੱਲੀ ਰਹਿ ਜਾਵੇ ਬਰੋਬ ਕੱਲੀ ਬੁੱਧ ਰਹਿ ਜਾਵੇ ਟੱਚ ਨਾ ਕਰੇ ਮਾਇਆ ਨੂੰ ਜਾਂ ਮਾਇਆ ਨੂੰ ਟੱਚ ਨਹੀਂ ਬੁੱਧ ਕਰਦੀ ਨਾ ਸਪਰਸ਼ ਨਹੀਂ ਕਰਦੀ ਮਾਇਆ ਨੂੰ ਮਨ ਅਰ ਬੁੱਧ ਜਾਂ ਮਾਇਆ ਦਾ ਸਪਰਸ਼ ਬੰਦ ਕਰ ਦੇਣ ਫਿਰ ਨਿਰਾਕਾਰ ਕੋਈ ਗੱਲ ਸੁਣਦੀ ਜੇ ਮਾਇਆ ਦਾ ਸਪਰਸ਼ ਬੰਦ ਕਰਨ ਫਿਰ ਜੁੜ ਲਗਾ ਦੇਣ ਸਵਾਲ ਹੀ ਹੈ ਫਿਰ ਜੁੜਦੇ ਨੇ ਆਕਾਸ਼ ਨੂੰ ਆਕਾਸ਼ ਨਾਲ ਜੁੜ ਕੇ ਹੀ ਆਕਾਸ਼ ਬਾਣੀ ਸੁਣਦੀ ਹੈ ਆਕਾਸ਼ ਮਾਇਆ ਤੋਂ ਅੜਦਾ ਹੈ ਆਕਾਸ਼ ਚੋਂ ਮਾਇਆ ਪੈਦਾ ਹੋਈ ਹੋਈ ਹੈ ਮਾਇਆ ਛੱਡ ਕੇ ਮਨ ਬੁੱਧ ਫਿਰ ਆਕਾਸ਼ ਨਾਲ ਜੁੜ ਜਾਂਦੇ ਨੇ ਉੱਥੇ ਕਾਸ਼ੀ ਤੇ ਧੁਰ ਪੈਦਾ ਹੁੰਦੀ ਹੈ ਉੱਥੇ ਧੁਰ ਪੈ ਕਾਸ਼ੀ ਤੇ ਧੁਰ ਉਪਜਾ ਧੁਰ ਕਾਸ਼ੀ ਕਾਸ਼ੀ ਹੈ ਆਕਾਸ਼ ਨਾਲ ਜੁੜ ਕੇ ਸੁਣਦੀ ਹੈ ਆਕਾਸ਼ ਬਾਣੀ ਸਰੀਰ ਨੇ ਜਿਹੜੇ ਨੂੰ ਆਕਾਸ਼ ਬਾਣੀ ਕਿਸੇ ਨੂੰ ਸੁਣੀ ਹੋਵੇ ਗਲਤ ਗੱਲ ਹੈ ਸਰੀਰ ਨਾਲ ਜੁੜੇ ਨੂੰ ਸਰੀਰ ਦੇ ਵਿੱਚ ਜਿਹੜੀ ਪੈਦਾ ਹੁੰਦੀ ਹੈ ਆਵਾਜ਼ ਸਰੀਰ ਦੇ ਵਿੱਚ ਬਹੁਤ ਕੁਛ ਆਵਾਜ਼ਾਂ ਪੈਦਾ ਹੁੰਦੀਆਂ ਨੇ ਸਾਂਸੋਂ ਪੈਦਾ ਹੁੰਦੀ ਹੈ ਖਾਣਾ ਹਜਮ ਹੁੰਦਾ ਹਾੜ ਚੱਲਦਾ ਫੇਫੜਾ ਸਾਹ ਲੈਂਦਾ ਬਹੁਤ ਕੁਛ ਹੈ ਡਾਕਟਰ ਵੀ ਸੁਣਦੇ ਨੇ ਆਵਾਜ਼ ਸਟੈਥੋਸਕੋਪ ਨਵੀਂ ਚੱਲਦੀ ਹੈ ਖੂਨ ਦਾ ਦੌਰ ਹੈ ਵਾਲ ਬਲਬ ਦੇ ਬੋਲਦੇ ਨੇ ਵਾਲ ਨੇ ਜਿਹੜੇ ਪੰਪਿੰਗ ਹੁੰਦੀ ਹੈ ਖੂਨ ਦੀ ਉਹ ਆਵਾਜ਼ ਇਹ ਸਰੀਰ ਦੇ ਜਿਹੜੀ ਜੁੜ ਕੇ ਸੁਣਦੀ ਹੈ ਤਿਰਕੁੜੀ ਚ ਉਹ ਤੋਂ ਗੱਲ ਉਹ ਦਸ ਬਜ਼ਾਰ ਸੁਣੀ ਹੈ ਰਾਜਾ ਰਾਮ ਅਨਰ ਜਿੰਦਗੀ ਬਜ ਹੈ ਜਾ ਕੇ ਦ੍ਰਿਸ਼ ਨਾਗ ਲਾਗਾ ਜਾ ਕੇ ਦ੍ਰਿਸ਼ ਜਦੋਂ ਉਹ ਦ੍ਰਿਸ਼ ਮਹਾਨ ਹੋ ਜਾਂਦੀ ਹੈ ਨਾ ਜਿੰਦਗੀ ਜਦੋਂ ਉਹ ਸ਼ਬਦਾਂ ਨਾਲ ਜੁੜ ਜਾਂਦਾ ਹੈ ਫਿਰ ਨਾਗ ਨਾਲ ਨਿਬੜ ਆਉਂਦੀ ਹੈ ਰਾਤ ਧੋਣੇ ਹੈ ਸੁਰਤ ਹੋ ਨਾ ਚੇਲਾ ਸ਼ਬਦ ਗੁਰੂ ਸੁਰਤ ਹੋ ਨਾ ਚੇਲਾ ਉਹ ਤੁਰੀ ਦੇ ਨਾਲ ਸੁਰਤ ਜੁੜਦੀ ਹੈ ਉਹ ਤੁਰੀ ਗੁਰੂ ਹੈ ਸੁਰਤ ਧਿਆਨ ਮਨ ਇਹ ਚੇਲਾ ਹੈ ਇੱਥੇ ਆ ਗਏ ਸ਼ਬਦ ਗੁਰੂ ਸੁਰਤ ਹੋ ਨਾ ਚੇਲਾ ਚੇਲਾ ਇੱਥੇ ਆ ਕੇ ਉਹ ਗੁਰੂ ਹੈ ਉਦੋਂ ਪਹਿਲਾਂ ਗਿਆਨ ਗੁਰੂ ਹੈ ਫਿਰ ਕੋਈ ਗੁਰੂ ਹੀ ਨਹੀਂ ਹੋਏ ਸੰਸਾਰ ਚ ਗੁਰਬਾਣੀ ਅਨੁਸਾਰ ਗਿਆਨ ਗੁਰੂ ਹੈ ਸ਼ਬਦ ਉਪਦੇਸ਼ ਗੁਰੂ ਹੈ ਉਪਦੇਸ਼ ਗੁਰੂ ਤੰਗ ਹੈ ਨਾ ਗਿਆਨ ਉਪਦੇਸ਼ ਦੇ ਵਿੱਚ ਗਿਆਨ ਸਿੱਧਾ ਆ ਨਹੀਂ ਸਕਦਾ ਬਿਨਾਂ ਉਪਦੇਸ਼ ਚ ਉਪਦੇਸ਼ ਦੇ ਬਿਨਾਂ ਗਿਆਨ ਨਹੀਂ ਆ ਸਕਦਾ ਭੋਗ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦੀ ਭੋਗ ਗੁਰੂ ਵੀ ਤੰਗ ਹੈ ਨੀ ਹਵਾ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦਾ ਭੋਗ ਕੀ ਬਾਣੀ ਹੁੰਦੀ ਹੈ ਉਹ ਇੱਕੋ ਹੀ ਗੁਰੂ ਦੀ ਗੱਲ ਹੈ ਉਹ ਪੌਣ ਗੁਰੂ ਕਹਿ ਲਓ ਸ਼ਬਦ ਗੁਰੂ ਕਹਿ ਲਓ ਜਾਂ ਗਿਆਨ ਗੁਰੂ ਕਹਿ ਲਓ ਇੱਕ ਦੇ ਵਿੱਚ ਰਹਿੰਦੇ ਨੇ ਇੱਕੜੇ ਵੱਖਰੇ ਵੱਖਰੇ ਲੋੜ ਕਿਉਂਕਿ ਪੌਣ ਦੇ ਬਿਨਾਂ ਗੱਲ ਨੀ ਕਹੀ ਜਾ ਸਕਦੀ ਬੋਲਿਆ ਨੀ ਜਾ ਸਕਦਾ ਬੋਲੇ ਦੇ ਬਿਨਾਂ ਗਿਆਨ ਨੀ ਦਿੱਤਾ ਜਾ ਸਕਦਾ ਗਿਆਨ ਗੁਰੂ ਹੈ ਉਹ ਹੈ ਭਾਠੀ ਗਗਨ ਸਿਲਿਆ ਚੁਲਿਆ ਕਣਕ ਗੜ ਇੱਕ ਪਾਇਆ ਭਾਠੀ ਗਗਨ ਜਿਹੜਾ ਗਗਨ ਸੀ ਜੋ ਮੇਰਾ ਹਿਰਦਾ ਸੀ ਉਹ ਭਾਠੀ ਹੈ ਭਾਠੀ ਦੇ ਵਿੱਚ ਮਾਇਆ ਸੜਦੀ ਹੈ ਉਹਨੂੰ ਨਹੀਂ ਸੜਦਾ ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾਗਾ ਆਗ ਸਿੱਧਾ ਚੱਲ ਕੋਇਲਾ ਪਾਈ ਤਾਂਗੇ ਆ ਚੱਲਣ ਲੱਗ ਇਹ ਤੇ ਸੱਚ ਜਿਵੇਂ ਕੁਠਾਲੀ ਚ ਸੋਨਾ ਪਾਇਆ ਹੋਇਆ ਪਹਾੜੇ ਤੇ ਗਰਮ ਕਰਦੀ ਏ
ਖੋਟ ਖੋਟ ਅੱਡ ਹੋ ਜਾਂਦੀ ਹੈ, ਸੋਨਾ ਅੱਡ ਹੋ ਜਾਂਦਾ। ਹਿਰਦੇ ਚ ਬ੍ਰਹਮਾਗਨ ਪ੍ਰਗਟ ਹੋਈ ਹੈ, ਬ੍ਰਹਮਾਗਨ ਪ੍ਰਗਟ ਹੋਈ ਹੈ ਭਾਠੀ, ਜਿਹੜਾ ਨਾਮ ਦੀ ਭੁੱਖ ਪ੍ਰਗਟ ਹੋਈ ਹੈ। ਬ੍ਰਹਮ ਅਗਨ ਕਰੋ ਨਾਮ ਦੀ ਭੁੱਖ ਪ੍ਰਗਟੇ ਨਹੀਂ ਹੁੰਦੀ। ਅਗਰ ਬ੍ਰਹਮ ਗਿਆਨ ਦੀ ਭੁੱਖ ਹੈ, ਬ੍ਰਹਮ ਗਿਆਨ ਦੀ ਭੁੱਖ ਹੈ, ਨਾਮ ਦੀ ਭੁੱਖ ਹੈ, ਹੋਰ ਕੀ ਹੈ? ਸੱਚ ਨਾਮ ਕੀ ਲੱਗੇ ਭੁੱਖ, ਉਹੀ ਬ੍ਰਹਮ ਅਗਰ ਉਹ ਭੁੱਖ ਅਗਰ ਹੁੰਦੀ ਹੈ, ਭੁੱਖ ਅਗਰ ਨਹੀਂ ਹੁੰਦੀ, ਭੁੱਖ ਅਗਰ ਖਾਈ ਚੱਲੀਏ ਦੁੱਖ ਦੁੱਖਾਂ ਨੂੰ ਖਾਂਦੀ ਨੀ, ਉਹ ਅੱਗ ਲੱਕੜਾਂ ਨੂੰ ਖਾਂਦੀ ਨੀ, ਤੇਲ ਨੂੰ ਖਾਂਦੀ ਨੀ, ਉਹ ਭੁੱਖੇ ਅੱਗ ਹੈ। ਅੱਗ ਜਿਹੜੀ ਭੁੱਖ ਹੈ ਉਹ ਹੀ ਅੱਗ ਹੈ, ਉਹ ਕੀ ਖਾ ਗਈ? ਮਾਇਆ ਸਭ ਖਾ ਗਈ, ਮਾਇਆ ਜਾਲਤੀ ਉਹਨੇ, ਕੀ ਰਹਿ ਗਿਆ? ਉਹ ਸੱਚ ਰਹਿ ਗਿਆ, ਸਿਰਫ ਸੱਚ ਤੋਂ ਬਿਨਾਂ ਸਭ ਕੁਛ ਸਾੜ ਦਿੱਤਾ। ਪਾਠੀ ਬਦਲ ਹਿਰਦੇ ਦੀ ਭੱਠੀ ਬਣ ਗਈ, ਮਾਇਆ ਜਾ ਨਹੀਂ ਸਕਦੀ ਅੰਦਰ। ਜਿਵੇਂ ਸੋਨਾ ਜਦ ਤਗਦਾ ਖੋਟ ਆਪੇ ਉੱਪਰ ਤਰ ਜਾਂਦੀ ਹੈ, ਬਾਹਰ ਆ ਜਾਂਦੀ, ਖੋਟ ਅਲੱਗ ਆਪੇ ਹੋ ਜਾਂਦੀ ਹੈ। ਜਿੰਨਾ ਲੱਗਿਆ ਹੁੰਦਾ ਤਲ ਮਾਰ ਪਿੱਤਲ ਆਪੇ ਉੱਤੇ ਆ ਜਾਂਦਾ, ਸੋਨਾ ਪਿਘਲ ਜਾਂਦਾ ਉਹ ਵੀ ਪਿਘਲਿਆ ਉੱਤੇ ਤਰ ਜਾਂਦਾ, ਥੱਲੇ ਰਹਿ ਜਾਂਦਾ। ਮਾਇਆ ਅੱਡ ਆਪੇ ਹੋ ਗਈ, ਸਰੀਰ ਆਪੇ ਅੱਡ ਹੋ ਗਿਆ। ਸਿੰਘਿਆ ਸਿੰਘਿਆ ਹੁੰਦਾ ਵਿਚਾਰ, ਜਦ ਇੱਥੇ ਸ਼ਬਦ ਵਿਚਾਰ ਕੀਤੀ ਹਿਰਦੇ ਚ ਬੈਠ ਕੇ ਗੁਰਬਾਣੀ, ਉਹ ਜਿਹੜਾ ਗਿਆਨ ਵਿਚਾਰਿਆ, ਉਹ ਜਿਹੜੇ ਗ੍ਰੰਥ ਵਿਚਾਰੇ ਨੇ ਉੱਥੇ, ਮਗਰ ਇਸ ਅਵਸਥਾ ਚ ਵਿਚਾਰੀ ਹੈ ਬਾਣੀ, ਗੁਰਬਾਣੀ ਵੀ ਇਸੇ ਅਵਸਥਾ ਚ ਵਿਚਾਰ ਹੋਊ। ਜੈ ਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ, ਕਿਤ ਕਰ ਕਾਬੋ ਸੋ ਸਿਰਜਣ ਵਾਲੋ। ਜਿਹੜੀ ਅਵਸਥਾ ਚ ਬੈਠ ਕੇ ਗੁਰਬਾਣੀ ਲਿਖੀ ਗਈ ਹੈ, ਉਸ ਅਵਸਥਾ ਤੋਂ ਘੱਟ ਵਿੱਚ ਵਿਚਾਰੀ ਹੋ ਨਹੀਂ ਜਾ ਸਕਦੀ। ਵਿਚਾਰੀ ਤਾਂ ਪਹਿਲਾਂ ਵੀ ਆਊਗੀ, ਪਰ ਪੂਰੇ ਅਰਥ ਨਹੀਂ ਮਿਲਣੇ ਉੱਥੇ ਜਾ ਕੇ, ਪੂਰੀ ਸਮਝ ਨਹੀਂ ਮਿਲਣੀ, ਪੂਰਾ ਮੱਖਣ ਨਹੀਂ ਮਿਲਣਾ, ਪੂਰਾ ਮੱਖਣ ਜਦ ਮਿਲਣੇ ਜਦੋਂ ਉਸ ਅਵਸਥਾ ਚ ਚਲਾ ਜਾਊ ਆਦਮੀ। ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਹੈ ਇਹ, ਬ੍ਰਹਮ ਗਿਆਨੀ ਜਾਣੇ ਉਹ ਕਿਵੇਂ ਜਾਣ ਲੂਗਾ? ਬ੍ਰਹਮ ਗਿਆਨੀ ਕੀ ਗੱਤ ਹੀ ਹੈ, ਬ੍ਰਹਮ ਗਿਆਨੀ ਦੀ ਅਵਸਥਾ ਹੈ, ਉਹਨੇ ਉਸ ਅਵਸਥਾ ਦੀ ਗੱਲ ਲਿਖੀ ਹੈ। ਉਸ ਅਵਸਥਾ ਦੇ ਵਿੱਚ ਜਾ ਕੇ ਪੂਰਾ ਚੋ ਮੱਖਣ ਨਿਕਲਣਾ ਨਹੀਂ, ਰਹਿੰਦਾ ਚਲਿਆ ਜਾਣਾ ਮੱਖਣ ਚੋ। ਜੇ ਜਿਹਨੂੰ ਕੋਈ ਵਿਦਵਾਨਾਂ ਨੇ ਰੜਕਿਆ ਉਹ ਤੇ ਤੱਕ ਰਿਹਾ ਹੀ ਨੀ, ਤੱਤੇ ਖਤਮ ਕਰਤਾ, ਉਹ ਤਾਂ ਤੱਤੇ ਨਸ਼ਟ ਕਰਤਾ। ਟੀਕਾਕਰਨ ਦਾ ਤੱਤ ਬਿਲਕੁਲ ਨਸ਼ ਕੀਤਾ ਹੈ, ਤੱਤ ਦੱਸੋ ਕਿੱਥੇ, ਤੱਤ ਕੋਈ ਦਿਖਾਓ, ਤੱਤ ਕਿੱਥੇ, ਕਿੱਥੇ ਤੱਤ ਦਾ ਪ੍ਰਚਾਰ ਹੋ ਰਿਹਾ? ਸਹਿਜ ਅਵਸਥਾ ਜੋ ਉਹਨਾਂ ਦਾ ਮਨ, ਸਹਿਜ ਅਵਸਥਾ ਜਿਹੜੀ ਹੈ, ਮਾਇਆਧਾਰੀ ਨੇ ਸਾਰੇ, ਮਾਇਆਧਾਰੀ ਨੂੰ ਵਿਚਾਰ ਨਹੀਂ ਕਰ ਸਕਦਾ। ਜਦੋਂ ਮਨ ਸਹਿਜ ਹੋ ਜਾਂਦਾ ਮਾਇਆਧਾਰੀ ਰਹਿੰਦਾ ਹੀ, ਕਿਹਾ ਹੋਇਆ ਮਨ ਤਾਂ ਕਿਹਾ ਸਹਿਜੇ ਬਲੋ ਜੈਸੇ ਤੱਤ ਰਹੇ, ਟਿਕਿਆ ਹੋਇਆ ਮਨ ਬਲੋ, ਮਨ ਟਿਕਿਆ ਹੋਇਆ ਤਾਂ ਕਬੀਰ ਦਾ ਉਹਨਾਂ ਦਾ ਟਿਕਿਆ ਨਹੀਂ ਸੀ ਹੋਇਆ ਜਿਹੜੇ ਉੱਥੇ ਸੀ, ਜਿਹਨਾਂ ਦੇ ਕੋਲ ਗੁਰਬਾਣੀ ਸੀ ਉਹਨਾਂ ਦਾ ਮਨ ਟਿਕਿਆ ਨਹੀਂ ਸੀ, ਕਬੀਰ ਦਾ ਟਿਕਿਆ ਹੋਇਆ ਸੀ, ਉਹਨੂੰ ਸਮਝ ਆ ਗਈ ਦੋਇਆਂ ਨੂੰ ਆਈ ਨੀ। ਜਿੱਥੇ ਵੀ ਕੋਈ ਬੈਠਾ ਹੋਊ ਟਿਕਿਆ ਮਨ ਵਾਲਾ ਉਹਨੂੰ ਸਮਝ ਆ ਜੂ, ਜ਼ਰੂਰੀ ਨਹੀਂ ਮੈਂਬਰ ਸਾਰੇ ਅਨੰਦਪੁਰ ਸਾਹਿਬ ਹੈ ਉੜੀਏ ਸਮਝ, ਕਦੇ ਇਹ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਉਸੇ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ ਸੰਬੰਧ ਜੋੜਦੇ ਤੇ ਹੁਣ ਉੱਥੇ ਜੋੜਦੇ ਨੇ, ਹੁਣ ਸਾਬਤ ਹੋ ਜੂਗਾ, ਹੁਣ ਸਾਬਤ ਹੋ ਜੂਗਾ, ਉਹ ਝੂਠ ਸੀ ਉਹਨਾਂ ਦਾ, ਸਮੇਂ ਸਮੇਂ ਸਿਰ ਝੂਠ ਸਾਬਤ ਹੋਈ ਜਾਂਦਾ ਹੁੰਦਾ। ਸਾਬਤ ਹੋਣ ਵਾਲੇ ਵੀ ਜੇ ਉੱਥੇ ਸੀ ਵਿੱਚ ਤੁਹਾਨੂੰ ਗਿਆਨ ਕਿਉਂ ਹੋਇਆ, ਕਾਸ਼ੀ ਦੇ ਵਿੱਚ ਕਹਿੰਦੇ ਸ਼ਿਵਕੀਪੁਰੀ ਹੈ, ਕਬੀਰ ਨੇ ਰੱਦ ਕਰਤਾ ਕਾਸ਼ੀ ਦੀ, ਸ਼ਿਵਕੀਪੁਰੀ ਵਸਿਆ ਬੁੱਧ ਸਾਰ, ਸ਼ਿਵਕੀਪੁਰੀ ਉੱਥੇ ਲੱਗਦੀ ਹੈ ਜਿੱਥੇ ਸਾਰ ਬੁੱਧ ਵਸਦੀ ਹੈ, ਕਾਸ਼ੀ ਸਾਰ ਬੁੱਧ ਹੈ ਨਹੀਂ, ਸਾਰ ਬੁੱਧ ਮਗਰ ਵੀ ਨਹੀਂ ਸੀ, ਸਾਰ ਬੁੱਧ ਨਹੀਂ ਸੀ ਮਗਰ ਸਾਰ ਬੁੱਧ ਦਾ ਗਿਆਨ ਸੀ, ਗੁਰਬਾਣੀ ਦੇ ਸਾਰ ਬੁੱਧ ਦਾ ਗਿਆਨ ਹੈ, ਗੁਰਬਾਣੀ ਸਾਰ ਬੁੱਧ ਨਹੀਂ ਹੈ, ਬੁੱਧ ਨਹੀਂ ਹੁੰਦੀ ਇਹਦੇ ਵਿੱਚ, ਯਾਦ ਹੁੰਦਾ
ਅੱਖਾਂ ਗਿਆਨ ਹੁੰਦਾ, ਬੁੱਧੀ ਨੀ ਹੁੰਦੀ। ਬੁੱਧੀ ਦਾ ਚੇਤਨ, ਬੁੱਧੀ ਦਾ ਚੇਤਨ, ਬੁੱਧੀ ਦਾ ਸਰੀਰ ਚ ਹੁੰਦੀ ਹੈ। ਬੁੱਧੀ ਚ ਕਿੱਥੇ ਹੁੰਦੀ ਹੈ? ਇੱਥੇ ਗਿਆਨ ਹੁੰਦਾ। ਬੁੱਧੀ ਦਾ ਲਿਖਿਆ ਹੋਇਆ ਗਿਆਨ ਹੁੰਦਾ, ਬੁੱਧੀ ਦਾ ਦੱਸਿਆ ਹੋਇਆ ਗਿਆਨ ਹੁੰਦਾ। ਕਹਿੰਦੇ ਸ਼ਿਵਕੀ ਪੁਰੀ ਵਸਿਆ ਬੁੱਧ ਸਾਰ, ਸਾਰ ਬੁੱਧੀ ਸ਼ਿਵਕੀ ਪੁਰੀ ਵਸਦੀ। ਇੱਥੇ ਕਿੱਥੇ ਤੁਹਾਡੇ ਸਾਰ ਬੁੱਧ ਦਿਖਾਓ? ਹੈ ਨੀ ਸੀ ਉਹਦਾ ਪਹਿਲਾਂ ਬਣ ਚੁੱਕਿਆ ਸੀ ਭਾਈ ਸਾਡੀ ਬੁੱਧੀ ਚ ਕੁਛ, ਇਹ ਸਾਡੇ ਕੋਲ ਕੁਛ ਹੁੰਦਾ ਨੀ। ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਮੇਰੀ ਗੁਰਬਾਣੀ ਚ ਲਿਖੀ ਪਈ ਹੈ। ਕਾਸ਼ੀ ਚ ਰਹਿ ਗਏ, ਕਾਸ਼ੀ ਨੂੰ ਜਾਰੀ ਕੀਤਾ ਹੈ। ਸ਼ਿਵਕੀ ਪੁਰੀ ਬੁਰੀ ਤਾਂ ਉਹਦਾ ਨਾ ਜਾਂ ਦੂਸਰਾ ਬੁੱਧ ਸਾਰ, ਸਾਰ ਬੁੱਧ ਹੁੰਦਾ ਹੀ ਨੀ ਹੈ। ਸ਼ਿਵਕੀ ਪੁਰੀ ਨੂੰ ਵੀ ਕਹੀ ਜਾਂਦੇ ਨੇ, ਸ਼ਿਵਕੀ ਪੁਰੀ ਨੂੰ ਪ੍ਰਚਲਿਤ ਹੈ, ਸਾਰ ਬੁੱਧ ਹੁਣ ਵੀ ਨਹੀਂ ਰਹੇ ਉੱਥੇ। ਇਹਦੇ ਚੱਲਦਾ ਹੁੰਦਾ ਸਿੰਘਿਆ ਚੁੰਗਿਆ ਕਣਕ ਅਸ਼ਕ ਪਾਇਆ, ਸਿੰਘਿਆ ਔਰ ਚੁੰਗਿਆ। ਜਦ ਮੈਂ ਵਿਚਾਰਿਆ ਹੈ ਸਾਰਾ ਜਿਹੜਾ ਵਿਸ਼ਾ ਸੀ ਗੁਰਮਤ ਦਾ, ਉੱਥੇ ਜਾ ਕੇ ਗ੍ਰੰਥ ਵਿਚਾਰੇ, ਪਰ ਚੁੰਗਿਆ ਹੁੰਦਾ ਉਹਦੇ ਵਿੱਚੋਂ ਰਸ ਖਿੱਚਿਆ, ਜਿਵੇਂ ਕੋਈ ਕਿਸੇ ਚੀਜ਼ ਚੋਂ ਖਿੱਚੀ ਦਾ ਰਸ। ਇਹ ਤਾਂ ਰਸ ਜੋਰ ਨਾਲ, ਪੂਰੀ ਬੁੱਧੀ ਦੇ ਜੋਰ ਨਾਲ ਸਮਝਾਉਣੀ, ਪੂਰੀ ਬੁੱਧੀ ਦਾ ਜੋਰ ਲੱਗੇ ਤੇ ਸਮਝਾਉਣੀ, ਇਹਦੇ ਵਿੱਚੋਂ ਆਪਣੇ ਆਪ ਸਮਝ ਨਹੀਂ ਆਉਂਦੀ। ਸਿੰਘਿਆ ਔਰ ਚੁੰਗਿਆ ਕਣਕ ਗੱਲ ਸਿੱਕ ਪਾਇਆ, ਕਣਕ ਗੱਲ ਸਿੱਕ ਪਾਇਆ। ਇੱਕ ਕਲਸ ਕਾਲਾ ਸੀ, ਸੋਨੇ ਦਾ ਕਲਸ ਸੀ ਜੀਤ ਪਾਇਆ, ਸੋਨੇ ਦਾ ਕਲਸ ਬਾਹਰ ਤਾਂ ਹੈ ਨੀ, ਚੁੰਗੀ ਹੋਈ ਚੀਜ਼ ਬਾਹਰ ਨੀ ਪੈਂਦੀ, ਚੁੰਗਿਆ ਹੋਇਆ ਅੰਦਰ ਪੈਂਦਾ ਹੁੰਦਾ। ਚੁੰਗਿਆ ਕਲਸ ਹੈ, ਬੱਚਾ ਚੁੰਗਦਾ ਹੈ ਬਾਹਰ ਕਿੱਥੇ ਬੋਲਦਾ ਤਾਂ ਭੈਣ ਜੀ ਜਾਂਦਾ ਉਹਦੇ, ਬੱਚਾ ਚੁੰਗਦਾ ਹੈ ਬਾਹਰ ਕਲਸ ਚ ਬੋਲਦਾ ਤਾਂ ਅੰਦਰ ਜਾਂਦਾ ਉਹਦੇ। ਕਣਕ ਤਾਂ ਗਿਆ ਮਿਹਦੇ ਚ ਨੀ ਗਿਆ ਹੋਇਆ, ਹਿਰਦੇ ਚ ਗਿਆ ਹੋਇਆ। ਜਿਹੜੀ ਚੀਜ਼ ਮਿਹਦੇ ਚ ਜਾਂਦੀ ਉਹ ਕਣਕ ਨੀ ਸੀ, ਕਹਿੰਦੇ ਉਹ ਮਾਇਆ, ਉਹ ਮਾਇਆ ਸੀ, ਮਾਇਆ ਨੂੰ ਕਣਕ ਨੀ ਕਹਿ ਸਕਦੇ। ਸੋਨੇ ਦੇ ਕਲਸ ਵਿੱਚ ਪਾ ਲਿਆ, ਆਕਾਸ਼ ਦੇ ਭਾਂਡੇ ਚ, ਆਕਾਸ਼ ਨੂੰ ਕਣਕ ਕਹਿ ਦਿੰਦੇ ਸੀ ਵਿੱਚ। ਆਕਾਸ਼ ਖੋਟ ਨੀ ਹੁੰਦੀ, ਆਕਾਸ਼ ਕਿਸੇ ਚ ਰਹਿੰਦਾ ਹੀ ਨੀ, ਆਕਾਸ਼ ਪਤਾ ਨਹੀਂ ਰਹਿੰਦਾ ਕਿਸੇ ਚੀਜ਼। ਕਣਕ ਕਲਸ ਕਪਾਇਆ, ਹਿਰਦੇ ਚ ਟਕਾ ਲਿਆ, ਜੋ ਵੀ ਮੈਂ ਵਿਚਾਰਦਾ ਰਿਹਾ ਹਿਰਦੇ ਚ ਮੇਰੇ ਜਮਾ ਹੁੰਦਾ ਰਿਹਾ, ਜੋ ਮੈਨੂੰ ਸਮਝ ਆਉਂਦੀ ਰਹੀ ਹਿਰਦੇ ਜਮਾ ਹੁੰਦੀ ਰਹੀ, ਸਾਂਭ ਕੇ ਰੱਖਿਆ ਮੈਂ ਹਿਰਦੇ ਜਮਾ ਕਰ ਕਰਕੇ, ਐਵੇਂ ਨੀ ਸਮਝ ਸਮਝ ਕੇ ਫੈਂਕੀ ਗਿਆ। ਇਸਮੇ ਧਾਰ ਚੋਇਆ ਤੇ ਨਿਰਮਲ, ਰਸਮੇ ਰਸਨ ਚੁਆਇਆ। ਇਸਮੇ ਧਾਰ ਚੋਇਆ ਤੇ ਨਿਰਮਲ, ਬੜੀ ਨਿਰਮਲ ਧਾਰ ਰੱਖੀ, ਬੜੀ ਸਮਝ ਆਈ ਉਹ ਤੋਂ। ਨਿਰਮਲ ਬਾਣੀ ਸੀ, ਬਿਲਮਲੇ ਨੂੰ ਸੋਝੀ ਸੀ, ਜੇ ਕਿਸੇ ਨੂੰ ਸੋਝੀ ਆਉਣ ਲੱਗ ਜਾ ਧਾਰ ਸੰਤ ਰਾਜੇ ਦੇ ਧਾਰ ਇੱਥੇ ਗਿਆ ਆ ਪੜ ਕੇ ਉਹਨਾਂ ਨੇ ਧਾਰ ਹੈ ਨਾ, ਉਹਨੂੰ ਧਾਰ ਨੀ ਹੈ ਧਾਰ ਧਾਰ ਜੋ ਹੈ ਉੱਥੇ ਸੰਤ ਰਾਜੇ ਦੇ ਧਾਰ ਸੁਣੀਓ ਚ, ਧਾਰ ਇੱਥੋਂ ਆਈ ਹੋਈ ਹੈ। ਸੰਤ ਜਿਹੜੇ ਹੁੰਦੇ ਨੇ ਉਹਨਾਂ ਅੰਦਰ ਦਾ ਧਾਰ ਉਹ ਚੱਲਦੀ ਹੈ, ਧਾਰ ਉਹ ਵੀ ਚੱਲਦਾ ਹੈ, ਧਾਰ ਜੋੜਨੀ ਜੋੜਨੀ ਪੈਂਦੀ ਹੈ। ਧਾਰ ਜੋ ਕੀ ਪ੍ਰਾਪਤੀ ਹੈ? ਧਾਰ ਜੋ ਪ੍ਰਾਪਤੀ ਹੈ, ਧਾਰ ਸੁਰਦੇ ਉਹਨੂੰ ਕਹਿੰਦੇ ਨੇ। ਅਸੀਂ ਜੋੜਿਆ ਮੇਰੇ ਤਾਂ ਕੁਛ ਨੀ ਹੈ ਪ੍ਰਾਪਤੀ, ਧਾਰ ਜੋ ਪ੍ਰਾਪਤੀ ਹੈ ਜੋੜੇ ਦੇ ਬਿਨਾਂ, ਅਸੀਂ ਕੁਛ ਨੀ ਕੀਤਾ, ਧਾਰਾਂ ਤੋਂ ਵੀ ਨਹੀਂ ਪੈਣ ਲੱਗ ਗਈਆਂ, ਅਸੀਂ ਕੁਛ ਨੀ ਕੀਤਾ। ਧਾਰ ਵਿੱਚ ਕਿਰਪਾ ਹੈ, ਜਿਹੜੀ ਧਾਰ ਹੈ ਧਾਰ ਵਿੱਚ ਸਾਡੀ ਐਫਰਟ ਹੈ, ਸੋਚਦਾ ਸੀ ਜੋੜਨੀ।